ਸਤਿ ਸ਼੍ਰੀ ਅਕਾਲ ਜੀ। ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅੱਜ ਮੈਂ ਆਪਣੇ ਨਵੇਂ ਮਰੀਜ਼ ਸੁਮਿੰਦਰ ਸਿੰਘ ਜੀ ਮੁਕੇਰੀਆ ਜੀ ਉਹਨਾਂ ਨਾਲ ਮਿਲਾਉ ਜਾ ਰਿਹਾ ਹੈਗਾ, ਜਿਨ੍ਹਾਂ ਨੂੰ ਸਪਾਈਨ ਦੀ ਸਲਿਪ ਡਿਸਕ ਦੀ ਕਾਫੀ ਟਾਈਮ ਤੋਂ ਪ੍ਰੋਬਲਮ ਸੀ ਅਤੇ ਹੁਣ ਇਹਦਾ ਟ੍ਰੀਟਮੈਂਟ ਕੰਪਲੀਟ ਹੋ ਚੁੱਕਾ ਹੈਗਾ ਆ। ਇਹ ਬਹੁਤ ਜ਼ਿਆਦਾ ਬੈਟਰ ਫੀਲ ਕਰਦੇ ਹੈਗੇ ਆ ਅਤੇ ਅੱਜ ਮੈਂ ਤੁਹਾਡੀ ਮੁਲਾਕਾਤ ਕਰਾ ਰਿਹਾ। ਮੈਂ ਚਾਹੁੰਦਾ ਵੀ ਤੁਸੀਂ ਇਹਨਾਂ ਦੇ ਵਿਚਾਰ ਸੁਣੋ। ਠੀਕ ਹੈ ਜੀ। ਹਾਂਜੀ ਸੁਮਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੁਮਿੰਦਰ ਜੀ, ਇਹ ਸਭ ਤੋਂ ਪਹਿਲਾਂ ਤਾਂ ਸਾਡੇ ਵੀਡੀਓ ਦੇਖ ਰਹੇ ਦਰਸ਼ਕ ਮਰੀਜ਼ਾਂ ਨੂੰ, ਇਹ ਦੱਸੋ ਵੀ ਕਿਸ ਤਰ੍ਹਾਂ ਹਾਲ ਤੁਹਾਡਾ? ਮੈਂ ਬਹੁਤ ਬੈਟਰ ਹਾਂ ਜੀ ਪਹਿਲਾਂ ਨਾਲੋਂ ਜੀ। ਮੈਨੂੰ ਮੇਰੇ ਕੋਲ ਪਹਿਲਾਂ ਨਾ ਝੁਕਿਆ ਜਾਂਦਾ ਸੀ ਜੀ, ਨਾ ਖੜਾ ਹੋਇਆ ਜਾਂਦਾ ਸੀ, ਨਾ ਬੈਠਿਆ ਜਾਂਦਾ ਸੀ। ਠੀਕ ਹੈ ਜੀ। ਮੈਂ ਜਦੋਂ ਤੋਂ ਤੁਹਾਡੇ ਤੋਂ ਟ੍ਰੀਟਮੈਂਟ ਲਿਆ ਡਾਕਟਰ ਸਾਹਿਬ ਉਹਨਾਂ ਤੋਂ ਜੀ ਜੀ, ਮੈਂ ਬਹੁਤ ਬੈਟਰ ਫੀਲ ਕਰ ਰਿਹਾ ਅਤੇ ਮੈਂ ਆਪਣਾ ਕੰਮ ਕਾਰ ਵੀ ਖੇਤੀਬਾੜੀ ਦਾ ਮੇਰਾ ਕੰਮ ਹੈ ਜੀ। ਹੁਣ ਚੁੱਕਦੇ ਹੋ ਪਹਿਲਾਂ? ਹਾਂਜੀ, ਮੈਂ ਸਾਰਾ ਕੁਛ ਕੰਮ ਕਰ ਰਿਹਾ, ਝੁੱਕੇ ਵੀ ਸਾਰਾ ਕੁਛ। ਉਸ ਮੌਕੇ ਕੋਈ ਦਿੱਕਤ ਨਹੀਂ, ਕੋਈ ਤਕਲੀਫ ਨਹੀਂ, ਕੋਈ ਲੱਤਾਂ ਸੁੰਨ ਹੋਣਾ, ਕੋਈ ਵੀ ਪ੍ਰੋਬਲਮ ਨਹੀਂ? ਜਿੱਦਾਂ ਹੁਣ ਤੁਸੀਂ ਆਪਣੇ ਸਾਰਾ ਦਿਨ ਰੂਟੀਨ 'ਚ ਕੰਮ ਕਰਕੇ ਸ਼ਾਮ ਦੇ ਟਾਈਮ ਕੋਈ ਦਿੱਕਤ? ਕੋਈ ਨਹੀਂ, ਸ਼ਾਮ ਦੇ ਕੋਈ ਟਾਈਮ ਕੋਈ ਦਿੱਕਤ ਨਹੀਂ ਜੀ। ਬੋਲਿਆ ਵੀ ਮੈਂ ਬਹੁਤ ਬੈਟਰ ਹਾਂ ਮੇਰਾ। ਅੱਛਾ, ਜੇ ਚੁੱਕਣਾ ਜਾਂ ਚੁੱਕ ਕੇ ਦਿਖਾ ਸਕਦੇ? ਹਾਂਜੀ ਸਰ। ਹਾਂਜੀ 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 ਹਾਂਜੀ। ਠੀਕ ਹੈ ਜੀ, ਠੀਕ ਹੈ ਜੀ। ਜੇ ਚੁੱਕ ਕੇ ਦਿਖਾਓ ਤਾਂ ਕਿਆ ਬਾਤ ਹੈ ਜੀ, ਫਿਰ ਇੱਕ ਵਾਰ ਜੀ ਪੀਸੀ ਜੀ। ਕੋਈ ਦਿੱਕਤ ਨਹੀਂ ਮਹਿਸੂਸ ਹੋਈ? ਦਿੱਕਤ ਨਹੀਂ ਜੀ, ਬੈਠਣ ਉੱਠਣ 'ਚ ਕੋਈ ਦਿੱਕਤ ਨਹੀਂ ਮੈਨੂੰ। ਠੀਕ ਹੈ ਜੀ। ਤੇ ਸਾਡੇ ਹਸਪੀਟਲ ਬਾਰੇ ਕਿਵੇਂ ਪਤਾ ਲੱਗਾ ਤੁਹਾਨੂੰ ਸੁਮਿੰਦਰ ਜੀ? ਸਰ, ਤੁਹਾਡੇ ਕੋਈ ਪੁਰਾਣੇ ਪੇਸ਼ੈਂਟ ਸੀਗੇ? ਠੀਕ ਹੈ ਜੀ। ਜੋ ਸਾਡੇ ਉਧਰ ਇਲਾਕੇ ਦੇ, ਉਹਨਾਂ ਨੇ ਵੀ ਤੁਹਾਡੇ ਕੋਲ ਟ੍ਰੀਟਮੈਂਟ ਕਰਾਇਆ ਸੀਗਾ? ਠੀਕ ਹੈ ਜੀ। ਇੱਕ ਮੇਰੇ ਦੋਸਤ ਸੀਗੇ, ਠੀਕ ਹੈ ਜੀ, ਉਹਨਾਂ ਦੀ ਸਿਸਟਰ ਵੀ ਇੱਥੋਂ ਟ੍ਰੀਟਮੈਂਟ ਕਰਵਾ ਕੇ ਗਏ ਸੀਗੇ। ਓਕੇ ਜੀ। ਮੈਂ ਉਹਨਾਂ ਨਾਲ ਵੀ ਗੱਲ ਕੀਤੀ, ਉਹਨਾਂ ਨੇ ਤੁਹਾਡੇ ਬਾਰੇ ਦੱਸਿਆ ਵੀ ਤੁਸੀਂ ਉੱਥੇ ਜਾ ਕੇ ਉਹਨਾਂ ਤੋਂ ਟ੍ਰੀਟਮੈਂਟ ਲਓ। ਠੀਕ ਹੈ ਜੀ। ਤੇ ਹੋਰ ਹੁਣ ਮਰੀਜ਼ਾਂ ਨੂੰ ਕੀ ਕਹਿਣਾ ਚਾਹੋਗੇ ਇੱਕ ਵਾਰੀ ਫਿਰ ਦੁਬਾਰਾ? ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਗ੍ਹਾ ਜਗ੍ਹਾ ਭਟਕਣ ਦੇ ਨਾਲੋਂ ਤੁਸੀਂ ਇੱਕ ਵਾਰੀ ਇੱਥੇ ਆ ਕੇ ਆਪਣਾ ਟ੍ਰੀਟਮੈਂਟ ਵਧੀਆ ਤਰੀਕੇ ਨਾਲ ਕਰਾਓ ਜੀ। ਠੀਕ ਹੈ ਜੀ। ਹਾਂਜੀ, ਥੈਂਕ ਯੂ ਸੋ ਮਚ ਜੀ, ਸੁਮਿੰਦਰ ਜੀ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ।